ਇਹ ਵੀ ਹੋਟਲ 'ਚ ਗਿਆ ਉਹਨਾਂ ਨੇ ਮੈਂ ਨਹੀਂ ਉਹ ਦਿੱਤਾ ਅਤੇ ਉਹਨਾਂ ਨੂੰ ਕਹਿੰਦਾ ਮੈਂ ਘਰ ਵਹਾ ਵਾਂ ਆਹ ਬਾਸ ਨੇ ਹਮਾਮ ਬਣਾ ਲਿਆ ਇੰਨਾ ਘਟੀਆ ਹਮਾਮ ਇਹਦੇ ਕੋਲੋਂ ਬਿੱਲੀਆਂ ਮੁੱਛਾਂ ਠੀਕ ਕਰਾਉਣਾ ਅੱਛਾ ਇੱਦਾਂ ਦੇ ਬੰਦੇ ਨਾ ਕਹਿਣਗੇ ਸਾਰੇ ਵੇਟਰਾਂ 'ਚ ਮੇਰੇ ਘਰ ਚਵਲ ਕੋਈ ਨਹੀਂ ਹੈ ਇਹੋ ਜਿਹੇ ਨੂੰ ਇੱਕ ਜਿਹੜਾ 50 ਰੁਪਏ ਦੇ ਦੇਵੇ ਨਾ ਟਿਪ ਸਾਰਿਆਂ ਨੂੰ ਜਾ ਕੇ ਦੱਸਦਾ ਜੀ ਉਹ ਨੀਲੀ ਸ਼ਰਟ ਵਾਲਾ 50-50 ਦੇ ਰਹੇ ਜਾਓ ਇਹ ਦੋਵੇਂ ਬੌਕਸਰ ਬਣ ਗਏ ਉਹਨਾਂ ਨੇ ਮਾਰੇ ਜੇ ਮੁੱਕੇ ਮਾਰੇ ਬੌਕਸਰ ਨੇ ਤੇ ਬਾਹਰ ਨੂੰ ਹੱਥ ਹੱਥ ਕਰਕੇ ਗਈ ਹਨ ਹੈਲਪ ਮੀ ਯੂ ਹੈਲਪ ਮੀ लो जी अस्सलाम वालेकुम नाज़रीन और सच हम आज बैठे हैं मेन स्ट्रीट रेस्टोरेंट में अच्छे रेस्टोरेंट में भी जाना चाहिए बच्चों का ज़रा मैं तो ये नाज़रीन ये मीडिया काम और कोहिनूर प्लाजे के तकरीबन पास पास दरमियान में ये रेस्टोरेंट है मेन स्ट्रीट कैफ़े तो बहुत अच्छा रेस्टोरेंट है यहाँ पे मतलब अच्छे लोग आते हैं बिल्कुल ऐसा ही जैसे मैं है? आपके सामने जी मैं सर वो मेन स्ट्रीट ये ट्रीट ब्लेड मेन ही है ये ट्रीट भाई मेन ट्रीट ब्लेड अच्छा नाज़रीन ये दोनों करेक्टर आप देख रहे हैं दानिश और अब्बास तो बस मसले मसाइल बंदे के दरमियान में हो जाते हैं चल जाते हैं आप लोग क्योंकि हमारे साथ हैं तो बस ओके कल भी भाई थे आज भी भाई हैं भाई भाई हैं दोनों लेकिन मेरे कल कठे नहीं पाना कठे खराब कर दे काम इधर की होया तुम भाई हेलो अच्छे होटल च आ गए तबीयत हाँ जी अच्छे होटल च आ गए तबीयत खराब हो गई बेटे तेरी खराब हुई है ओ की हो गया मेरे चूसने वाली मच्छी ने रोदा खोलिया तू पता है इस चीज का तू भी अच्छे होटल च आ गया गमलिया च थुकन डया सी पानी यकीन अच्छा नहीं बेटे मेन स्ट्रीट अच्छा होटल परे है ਤੁਹਾਡੇ ਕਲੋਨੀ ਚ अच्छे ਦਾ होटल ਤੇ होटल ਦੀ ਇਹਦੀ ਸੁਣ ਲੋ ਇਹਦੀ ਸੂਪ ਲਿਆ ਤੇ ਨਾਲ ਦੋ ਨਾਨ ਕਹਿਤੇ ਨਹੀਂ ਸੂਪ ਲਿਆ ਤੇ ਉਹਨੂੰ ਕਹਿੰਦਾ ਸਟਰੋ ਤੋਂ ਦੋ ਫਿੱਟੇ ਮੂ ਤੇਰਾ ਲੋ ਘਰ ਬੱਚਿਆਂ ਨੂੰ ਸੂਪ ਬਣਾ ਕੇ ਦੇਣਾ ਟੁਕੜੇ ਭਿਓ ਕੇ ਦੱਸ ਯਾਰ ਉਹ ਸੂਪ ਨਹੀਂ ਹੁੰਦਾ ਥੋੜਾ ਜਿਹਾ ਪੜ ਲਿਖ ਗਿਆ ਸੂਪ ਨੂੰ ਸਕ੍ਰਬ ਸਮਝ ਕੇ ਕਰਨ ਡਿਆ ਇਹਨੂੰ ਵੀ ਇੱਕ ਮੁੰਡਾ ਕਹਿੰਦਾ ਦਾਨਿਸ਼ ਨੂੰ ਯਾਰ ਮੈਨੂੰ ਸੂਪ ਹੀ ਪਿਲਾ ਕਹਿੰਦਾ ਯਾਰ ਸੂਪ ਨਹੀਂ ਮੈਂ ਬੋਲੀ ਪਿਲਾ ਦਾਂਗਾ ਤੇ ਅੱਛਾ ਯਾਰ ਇਹ ਨਾ ਇਹ ਹੋਟਲ ਉਹ ਨਹੀਂ ਹੈ ਤੁਹਾਡੇ ਬਰਾਸਪੁਰੇ ਵਾਲਾ ਉਰਦੂ ਵਾਲਾ ਇਹ ਅੱਛਾ ਹੋਟਲ ਹੈ ਜ਼ਰਾ ਤਮੀਜ਼ ਸੇ ਅਗਰ ਕੋਈ ਵੀ 1921 ਹੋਈ ਤਾਂ ਮੈਂ ਤੁਹਾਡੇ ਸਾਥ ਨਹੀਂ ਹੋਊਂਗਾ ਫਿਰ ਇਨਕੋ ਸਮਝਾਏ ਮੈਂ ਹਮਨੇ ਤੋਂ ਹਿੰਦ ਸਿੰਧ ਫਿਰਿਆ ਹੈ ਐਦਾਂ ਲੱਗਣਾ ਟਾਂਗੇ ਪਿੱਛੇ ਬੈਠੇ ਆ ਵਾਹ ਵਾਹ ਆ ਬਾਸ ਨੇ ਹਮਾਮ ਬਣਾ ਲਿਆ ਇੰਨਾ ਘਟੀਆ ਹਮਾਮ ਇਹਦੇ ਕੋਲੋਂ ਬਿੱਲੀਆਂ ਮੁੱਛਾਂ ਠੀਕ ਕਰਾਉਣਾ ਦਾਨਿਸ਼ ਵੀ ਪਾਇਆ ਨਾ ਹਮਾਮ ਤੇ ਨਹਾਉਂਦੇ ਆ ਨਾ ਨੂੰ ਕਿ ਉਹਨੂੰ ਕਹਿੰਦਾ ਮੇਰੇ ਕੱਪੜੇ ਗਵਾਚ ਗਏ ਉਹ ਕਹਿੰਦਾ ਗਵਾਚੇ ਨਹੀਂ ਆ ਬਾਹਰ ਸੁੱਟੇ ਆ ਕਿਉਂ ਐਡੀ ਸਮੈਲ ਵਾਲੇ ਨਾ ਇੱਥੇ ਪਾ ਗਏ ਪੈਨ ਸੂਪ ਨਾ ਕੇਕ ਖਾ ਲਈ ਦੇ ਸੂਪ ਨਾਲ ਚੰਡਾ ਵੀ ਪੈ ਜਾਂਦੀ ਹੁੰਦੀ ਟੈਂਕ ਦੇ ਦਿੱਤਾ ਇਹਨੂੰ ਉਹਨਾਂ ਨੇ ਅੱਛਾ ਪੈਨ ਅੱਛਾ ਟੈਂਕ ਦੇ ਦਿੱਤਾ ਸੂਪ ਨਹੀਂ ਮੰਗਾ ਤੁਹਾਡਾ ਗੱਲ ਹੀ ਨਹੀਂ ਕਰ ਰਿਹਾ ਮੈਂ ਦੱਸ ਰਿਹਾ ਨਹੀਂ ਨੂੰ ਪੈਨ ਕੇ बच्चे तेरे खोती स्कूले पढ़े सारी टाटा वाले ਰੇੜੀ ਤੇ ਮਠਿਆਈ ਵੇਚਣ ਵਾਲਿਆ ਤੂੰ ਜਾਣਾ ਸਾਹਿਬ ਖਾਲਦ ਨਹੀਂ ਸਿੱਧਾ ਹੋ ਕੇ ਬਹਿ ਉਹ ਬੱਚਿਆਂ ਨੇ ਇਤਨੀ ਸਿਰ ਪਾਪੜ ਲੈ ਕੇ ਦੇਣ ਵਾਲਿਆ ਕੋਈ ਹਜ਼ਾਰ ਕਰੀ ਦੇ ਅੱਛਾ ਟੈਂਕ ਲੈ ਕੇ ਦਿੱਤਾ ਹਾਂ ਜੀ ਸਰ ਕੌਣ ਲੇਗਾ ਜੀ ਸਭ ਤੋਂ ਪਹਿਲੇ ਇਹ ਕੀ ਆ ਨਹੀਂ ਗਲਾਸ ਛਤਰੀ ਲਈ ਚ ਬਾਰਿਸ਼ ਹੋਣ ਰਹੀ ਆ ਸਰ ਪਾਣੀ ਚ ਨੀਲਾ ਰੰਗ ਪਾਇਆ ਨਹੀਂ ਇਹ ਕੀ ਹੈ ਹਾਂਜੀ ਇਹ ਕੀ ਆ ਸਰ ਇਹ ਸਪੈਸ਼ਲ ਮੌਕਟੇਲ ਆ ਹਾਂ ਨਹੀਂ ਤੇ ਇੱਕ ਤੁਸੀਂ ਅਸੀਂ ਪੰਜ ਬੰਦੇ ਆ ਤੁਸੀਂ ਇੱਕ ਆ ਵੀ ਇੱਕ ਲੈ ਕੇ ਆਏ ਆ ਵੀ ਇੱਕ ਲੈ ਕੇ ਤੁਹਾਨੂੰ ਕੁਝ ਪਿਆਸ ਕਦੀ ਪਾਣੀ ਵੀ ਦੇਖਿਆ ਤੁਸੀਂ ਤੂੰ ਕਦੀ ਸ਼ਕਲ ਵੀ ਦੇਖੀ ਆਪਣੀ ਤੇਰੇ ਕਸਮ ਮਰੇ ਸੌਲੇ ਰਕੇ ਨਾ ਨਕਸ਼ਾ ਫਰੀਦ ਨੂੰ ਟੈਂਕ ਦੇ ਦਿੱਤਾ ਉਹਨਾਂ ਨੇ ਤੇ ਉਹਦਾ ਬੰਬ ਸੁੱਟਣ ਵਾਲਾ ਖਰਾਬ ਸੀ ਤੇ ਵਿੱਚ ਵੱਟਿਆਂ ਦਾ ਬੋਰਾ ਭਰ ਕੇ ਰੱਖਿਆ ਨਹੀਂ ਫਰੀਦ ਨੂੰ ਟੈਂਕ ਟੈਂਕ ਦੇ ਦਿੱਤਾ ਨੂੰ ਫਰੀਦ ਨੂੰ ਨਾ ਫੌਜ ਨੇ ਟੈਂਕ ਦੇ ਦਿੱਤਾ ਤੇ ਘਰ ਲਿਆ ਕੇ ਉਹਦਾ ਛਾੜਾ ਸਵਾਉਣ ਦਿਆ ਇਹਨੂੰ ਵੀ ਹਕੂਮਤ ਨੇ ਨਾ ਟੈਂਕ ਦੇ ਦਿੱਤਾ ਤੇ ਸਾਫਾ ਰੱਖ ਕੇ ਟੈਂਕ ਚਲਾਉਣ
ਇਹਨੂੰ ਹਕੂਮਤ ਨੇ ਟੈਂਕ ਦਿੱਤਾ ਤੇ ਉਹਨੂੰ ਕਹਿੰਦਾ ਮੈਨੂੰ ਕੈਲੰਡਰ ਵੀ ਦਿਓ ਇਹਨੂੰ ਵੀ ਹਕੂਮਤ ਨੇ ਟੈਂਕ ਦਿੱਤਾ ਤੇ ਟੈਂਕ ਚਲਾਉਣ ਅੱਗੇ ਭੋਰਾ ਕਿਤੇ ਰੇਤ ਆ ਗਈ ਤੇ ਉੱਥੋਂ ਮੋੜ ਲਿਆ ਪਰੇ ਉੱਤੋਂ ਦੀ ਨਿਗਾਹ ਉਹਦੇ ਸਰੀਰ ਨੂੰ ਵੀ ਹਕੂਮਤ ਨੇ ਟੈਂਕ ਦਿੱਤਾ ਉਹਦੇ ਥੱਲੇ ਮੰਜੀ ਬੰਨੀ ਰੈਸਟ ਰੁਸਟ ਕਰਨ ਵਾਸਤੇ ਤਾਂ ਉਹਨੂੰ ਪਾਵੇ ਕਰਕੇ ਇਹਨਾਂ ਦੋਵਾਂ ਨੂੰ ਵੀ ਭਾਵੇਂ ਟੈਂਕ ਦਿੱਤਾ ਉਹਨਾਂ ਨੇ ਕਹਿੰਦੇ ਚਲਾਓ ਤੇ ਜਦੋਂ ਬਾਹਰ ਨਿਕਲੇ ਕਾਲੇ ਹੋਏ ਦੋਵੇਂ ਉਹ ਕਹਿੰਦੇ ਇਹ ਕੀ ਹੋਇਆ ਕਹਿੰਦੇ ਇੱਕ ਬੰਬ ਵਿੱਚ ਹੀ ਚੱਲ ਗਿਆ ਅਸਲ ਵਿੱਚ ਇੱਕ ਬੰਬ ਅੰਦਰ ਹੀ ਚੱਲ ਗਿਆ ਨਹੀਂ ਆ ਬਾਸ ਨੂੰ ਵੀ ਨਾ ਹਕੂਮਤ ਨੇ ਟੈਂਕ ਦਿੱਤਾ ਇਹ ਉਹੀ ਬੰਦਾ ਤੁਹਾਡੇ ਵਾਸਤੇ ਨਹੀਂ ਹੈਗੀ ਉਹਨਾਂ ਨੇ ਤੁਹਾਡੇ ਕੋਲ ਲੈਣਾ ਵੀ ਨਾ ਅੱਛਾ ਇਦਾਂ ਦੇ ਬੰਦੇ ਨਾ ਕਹਿਣਗੇ ਸਾਰੇ ਵੇਟਰਾਂ ਚੋਂ ਮੇਰੇ ਘਰ ਚਵਲ ਕੋਈ ਨਹੀਂ ਆਇਆ ਤੂੰ ਚਿੱਟੀ ਸ਼ਰਟ ਪਾਈ ਮਾਰੇ ਯੋਗਾ ਕਰਦਾ ਇਹਨੂੰ ਆ ਗਿਆ ਇਹੋ ਜਿਹੇ ਇੱਕ ਜਣਾ 50 ਰੁਪਏ ਦੇ ਦੇਵੇ ਨਾ ਟਿਪ ਸਾਰਿਆਂ ਨੂੰ ਜਾ ਕੇ ਦੱਸਦਾ ਜੀ ਉਹ ਨੀਲੀ ਸ਼ਰਟ ਵਾਲਾ 50 ਦੇ ਰਹੇ ਜਾਓ ਤੇ ਅਗਲੇ ਦਿਨ ਆਪਣਾ ਛੋਟਾ ਬੱਚਾ ਵੀ ਨਾਲ ਲਿਆਉਂਦੇ ਹੋਟਲ 'ਚ ਵੀ ਇਹਨੂੰ 50 ਦਊਗਾ ਤੇ ਜਿਹਦੇ ਕੋਲ ਇਹ ਲੈ ਲੈਂਦਾ ਨਾ ਟਿਪ ਚਾਕ ਨਾਲ ਉਹਦੇ ਟੇਬਲ ਤੇ ਨਿਸ਼ਾਨ ਲਾਈ ਜਾਂਦਾ ਗੁੱਡ ਲਾਉਂਦਾ ਗੁੱਡ ਨਿਸ਼ਾਨੀ ਲਾਉਂਦਾ ਕਿ ਇਹਨੇ ਦੇਤੀ ਹੈ ਏਦਾਂ ਦੇ ਵੇਟਰ ਤਾਈ ਨੇ ਨੱਕ ਪੂਜੀ ਜਾਂਦੇ ਏਦਾਂ ਦੇ ਵੇਟਰ ਨੂੰ ਕੋਈ ਗਾਹਕ ਟਿਪ ਦੇਵੇ ਨਾ ਕਹੂਗਾ ਟਿਪ ਨਹੀਂ ਦੇਣੀ ਤੂੰ ਥੋੜਾ ਸਾਲਨ ਛੱਡ ਦੇਣਾ ਟਿਪ ਰਹਿੰਦਾ ਨਾ ਥੋੜਾ ਸਾਲਨ ਛੱਡ ਦੇਣਾ ਮੈਂ ਰੋਟੀ ਖਾ ਲੂੰਗਾ ਅੱਛਾ ਕੋਈ ਵੱਡਾ ਕਸਟਮਰ ਆ ਜਾਏ ਨਾ ਉਹਨੂੰ ਸਾਲਨ ਦੇਣ ਲੱਗਾ ਕਹਿਣਗੇ ਤੁਹਾਡਾ ਭਰਾ ਵੀ ਰੇੜੀ ਲਾਉਣ ਲੱਗਾ ਬਾਹਰ ਨਜ਼ਲਾ ਹੋ ਗਿਆ ਭਾਈ ਫੁੱਲ ਤੇ ਟੈਂਕ ਚ ਬੈਠ ਇੰਜ ਢੱਕਣ ਚੁੱਕ ਕੇ ਮਾੜਾ ਜਿਹਾ ਕਰਨ ਲੱਗਾ ਗੋਲੀ ਵੱਜ ਗਈ ਚਲੋ ਵੀ ਚਲੋ ਇਹ ਵੀ ਭਾਈ ਪਾਨ ਖਾਂਦਾ ਸੀ ਉਹਨਾਂ ਨੇ ਟੈਂਕ ਦੇ ਦਿੱਤਾ ਤੇ ਮਿੰਟ ਕੁ ਬਾਅਦ ਬਾਹਰ ਥੁੱਕੋ ਨਾ ਤੇ ਦੂਜੇ ਟੈਂਕ ਵਾਲੇ ਕਹਿਣ ਪੜਾਂ ਪੜਾਂ ਉਹ ਰੰਗ ਬਰੰਗੇ ਲਈ ਜਾਂਦੇ ਆ ਕਿੱਥੋਂ ਕਿਤੇ ਨਾਲ ਦੇ ਕੋਲੋਂ ਤੇ ਨਹੀਂ ਫੜੀ ਲੈਂਦੇ ਲੱਗਦਾ ਹਰ ਵਾਰੀ ਵੇਟਰ ਵੀ ਚੇਂਜ ਤੂੰ ਤਾਂ ਪਹਿਲੇ ਲੈਣੀ ਨਹੀਂ ਪਹਿਲੇ ਲਈ ਹੈ ਨਾਜ਼ਰੀਨ ਬਾਤ ਇਹ ਹੈ ਕਿ ਇਹ ਮੇਨ ਸਟਰੀਟ ਰੈਸਟੋਰੈਂਟ ਹੈ ਬੜਾ ਅੱਛਾ ਔਰ ਇਹ ਵੇਟਰ ਜੋ ਹੈ ਇਹ ਮੇਰੀ ਵਜ੍ਹਾ ਸੇ ਜ਼ਰਾ ਥੋੜ੍ਹੇ ਸੇ ਸ਼ੋਕੇ ਹੋਏ ਹੋਏ ਵੈਸੇ ਬੜੇ ਪਿਆਰੇ ਬੱਚੇ ਹੈ ਬਹੁਤ ਜ਼ਿਆਦਾ ਯਹਾਂ ਪੇ ਜੋ ਮੈਨੇਜਰ ਸਾਹਿਬ ਹੈ ਜਾਂ ਜੋ ਵੀ ਅਮਲਾ ਹੈ ਸਭ ਬਹੁਤ ਰਿਸਪੈਕਟ ਕਰਤੇ ਔਰ ਬੜਾ ਅੱਛਾ ਇੰਤਜ਼ਾਮ ਹੈ ਲੇਕਿਨ ਇਹ ਆਪ ਇਹ ਜੋ ਮਜ਼ਾਕ ਕਰ ਰਹੇ ਹੈ ਇਹ ਹਮਨੇ ਖੁਦ ਇਹਨੇ ਇਜਾਜ਼ਤ ਦੀ ਹੈ ਔਰ ਖੁਦ ਮਤਲਬ ਹਮ ਇਨਕੇ ਸਾਥ ਜ਼ਰਾ ਸ਼ੁਗਲ ਮੇਲਾ ਕਰ ਰਹੇ ਹੈ ਆਪ ਲੋਕੋਂ ਕੋ ਇੰਟਰਟੇਨ ਕਰਨੇ ਕੇ ਲੀਏ ਇਹਨੂੰ ਵੀ ਉਹਨਾਂ ਨੇ ਟੈਂਕ ਦੇ ਦਿੱਤਾ ਕਹਿੰਦੇ ਚਲਾ ਅਤੇ ਸਰੀਆ ਅਤੇ ਬਾਲਟੀ ਲੈ ਕੇ ਵਿੱਚ ਬਰਨ ਦਿਆ ਕਿਉਂ ਗਟਰ ਸਮਝ ਕੇ ਗਟਰ ਅਫਰੀਦ ਨਾਈ ਸੀ ਉਹਨਾਂ ਨੇ ਇਹਨੂੰ ਟੈਂਕ ਦੇ ਦਿੱਤਾ ਅਤੇ ਉਹਦੇ ਪੈਪ 'ਤੇ ਤੋਲੀਏ ਟੰਗੇ ਮਿੱਠੇ ਨੂੰ ਵੀ ਉਹ ਕਹਿੰਦੇ ਟੈਂਕ 'ਚ ਬਾਹਰ ਅਤੇ ਜਿੱਦਾਂ ਗਟਰ 'ਚ ਨਹੀਂ ਸਲਵਾਰ ਚੁੱਕੀ ਦੀ ਵਰਨ ਉੱਧਰ ਚੁੱਕ ਕੇ ਵਰਨ ਉੱਪਰੋਂ ਬੜੀ ਦਿੰਦਾ ਹਾਂਜੀ ਇਹਨੂੰ ਨਜ਼ਰ ਆਇਆ ਸੀਗਾ ਤੇ ਪਹਿਲੇ ਦਿਨ ਆਪਣੇ ਜਨਰਲ ਦੇ ਕੋਲ ਸਲੂਟ ਮਾਰ ਕਹਿੰਦਾ ਨੱਕ 'ਚ ਬੁਲਬੁਲਾ ਬਾਹਰ ਆ ਗਿਆ ਨਹੀਂ ਟੈਂਕ ਇਹਨੂੰ ਟੈਂਕ ਦਿੱਤਾ ਨਾ ਤੇ ਟੈਂਕ ਖਿਲਾਰ ਕੇ ਸੋਹਣਾ ਦਾ ਢੱਕਣ ਪਰੇ ਕਰਕੇ ਨਾ ਅਤੇ ਉਹਦੇ ਉੱਤੇ ਪੈਰਾਂ ਮਾਰ ਪੈ ਕੇ ਵਿੱਚ ਕੁਲਚੇ ਲਾ ਰਿਹਾ ਟੈਂਕ ਦੇ ਅੰਦਰ ਟੈਂਕ ਦਿੱਤਾ ਉਹਨਾਂ ਨੇ ਤੇ ਸਪੀਡ ਬ੍ਰੇਕਰ ਤੇ ਧੱਕਾ ਲਵਾ ਰਿਹਾ ਲੋਕਾਂ ਨੂੰ ਟੱਪਿਆ ਨਹੀਂ ਜਾ ਰਿਹਾ ਤੂੰ ਪਤਾ ਨਹੀਂ ਕਿਉਂ ਨਹੀਂ ਜੂਸ ਪੀਂਦਾ ਯਾਰ ਤੇਰੀ ਇੱਥੇ ਲੈ ਆਇਓ ਇਹਦੇ ਨਾਲ ਚਿੱਟੀਆਂ ਜਲੇਬੀਆਂ ਖਵਾ ਦਿੰਦੇ ਤਾਂ ਕੀ ਖਵਾ ਦਿੰਦੇ ਚਿੱਟੀਆਂ ਜਲੇਬੀਆਂ ਖਵਾ ਦਿੰਦੇ ਤੁਹਾਨੂੰ ਕਿਹਾ ਵੀ ਬੇਟਾ ਤੇਰੀ ਸਪੈਸ਼ਲ ਮੈਨੂੰ ਮਾਲਕ ਕੋ ਫੋਨ ਕਰਕੇ ਇਜਾਜ਼ਤ ਲੈਣ ਪਈ ਹੈ ਤੈਨੂੰ ਅੰਦਰ ਨਹੀਂ ਸੀ ਆਉਂਦੇ ਰਹੇ ਹੋ ਬਾਕੀ ਇਹਨੂੰ ਤਾਂ ਮੈਂ ਮੈਨੇਜਰ ਨੂੰ ਕਹਿਤਾ ਉਹਨੇ ਕਿਹਾ ਠੀਕ ਹੈ ਮੂੰਹ ਇੱਧਰ ਨੂੰ ਕਰਕੇ ਨਿਕਲ ਜਾਓ ਤੇ ਇਹਨੂੰ ਉਹਨੇ ਵੇਖਿਆ ਉਹਨੇ ਕਿਹਾ ਜੀ ਓਨਰ ਨਾਲ ਗੱਲ ਕਰੋ ਉਹਨਾਂ ਨੇ ਕਿਹਾ ਕਿ ਵੱਡੀ ਸ਼ਖਸੀਅਤ ਹੈ ਸਾਡਾ ਹੋਟਲ ਨਹੀਂ ਇਹਨਾਂ ਉਹਨਾਂ ਨੇ ਕਿਹਾ ਵੱਡੀ ਸ਼ਖਸੀਅਤ ਹੈ ਜ਼ਲੀਲ ਕਰਨ ਨੇ ਮੈਨੂੰ ਤੁਸੀਂ ਇਹ ਗਿਆ ਭਾਵੇਂ ਨਾ ਇੱਕ ਜੰਬੋ ਹੋਟਲ ਲਓ ਇੱਧਰ ਦੇ ਉਹ ਘਰ ਚਾ ਉਹ ਕਰੋ ਚਾਰ ਵਾਲੀ ਜੀ ਵਿੱਚ ਜੂਸ ਬਾਹਰ ਸਾਰੇ ਛੱਡੂ ਫਲੇਵਰ ਤਾਂ ਨਹੀਂ ਲਈ ਆਉਂਦਾ ਉਹ ਜੂਸ ਨਾ ਪੂਤਨੇ ਦੀ ਚਟਨੀ ਕੌਣ ਖਾਂਦਾ ਕੀ ਆ ਇਹ ਕੀ ਆ ਮਿੰਟ ਮਾਰਗਰੀਟ ਮਿੰਟ ਲਾਇਆ ਹੋਰ ਲਿਆ ਸਾਰਾ ਕੁਝ ਮਿੰਟ ਮਾਰ ਮਿੰਟ ਮਾਰ ਗਰੀਟਾ 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 ਗਰੀਟ ਬੇਟਾ ਮਿੰਟ ਮਾਰ ਗਰੀਟਾ ਮਿੰਟ ਮਾਰ ਬੇਟਾ ਮਿੰਟ ਮਾਰ ਉਹ ਟੱਕਨ ਤੇ ਖੋਲ ਲਾ ਪਿੰਡ ਓਏ ਚਾਰ ਆ ਅੱਛਾ ਚਾ ਮੈਂ ਸਮਝਿਆ ਵੀ ਤੋਤੇ ਗ੍ਰੈਂਡ ਕੀਤੇ ਖਬਰੇ ਕੀ ਤਈ ਆ ਦਿਲ ਹੈ ਘਾ ਦਾ ਸੂਪਾ ਟੈਂਕ ਦੇ ਤਾ ਤੇ ਪਿੱਛੇ ਲਿਖਿਆ ਬੈਟ ਬੋਏ ਬੈਡ ਬੋਏ ਨਾਲ ਇੰਜ ਵੀ ਅੱਛਾ ਯਾਰ ਪੀ ਯਾਰ ਜਲਦੀ ਕਰੋ ਆ ਗਏ ਤੁਹਾਡੇ ਚਾਰਾਂ ਨੇ ਬਸ ਠੀਕ ਆ ਇਹ ਜਿੱਦਾਂ ਹੁਣ ਮੈਂ ਗਰਮ ਦੇ ਉੱਪਰੋਂ ਠੰਡਾ ਨਹੀਂ ਨਾ ਪੀ ਰਿਹਾ ਇੱਦਾਂ ਹੀ ਤੁਸੀਂ ਠੰਡੇ ਦੇ ਉੱਤੋਂ ਸੂਪ ਵੀ ਨਹੀਂ ਪੀਣਾ ਤੁਸੀਂ ਕਹਿ ਕੇ ਲਿਆ ਸੂਪ ਦਾ ਤੁਸੀਂ ਕਿਹਾ ਸੀ ਕਿਹੜਾ ਸੂਪ ਸੀ ਓਏ ਮਿਲਨ ਸੂਪ ਸੀ ਮਿਲਨ ਸੂਪ ਮਿਲਨ ਸੂਪ ਓਏ ਲੱਖ ਲਾਣਾ ਉਹ ਮਿਲਨ ਸੋਪ ਹੁੰਦਾ ਮੈਂ ਤੈਨੂੰ ਹੌਟ ਐਂਡ ਸੂਰ ਮੈਂ ਤੈਨੂੰ ਪਿਆਉਣਾ
होटल सूर सॉरी उधर दे यारो पैप उधर थी पै गई मिठे नु ना भन वेखण आ गए ते कौन रिश्ता वेखण आए ना एदा हां ते कराटे वाली वर्दी पा के उनां नु खा इने भी देखना है जिम जांदा हुंदा सी ना जदों वेखणा ते उनां सामने कमी अच्छा इहो जे बंदे नु ना विचोला ही ना कर देंदा हुंदा ने नी उनां ने नी तेरे नाल करनी हालांकि उनूं पता भी ना मेरी 30-35 हज़ार की दिहाड़ी है एक फौत की तो छित्र पै गए इन्हों दोवां फौत की फौत की तो उत्थे उत्थे ओह रैसलिंग वाला बैल्ट चुक के फिर आंदा अच्छा कई इधर के ना सियाने होंदे ने फौत की दे मतलब सियाने मतलब उन्होंने ये नहीं देखना कि यार इस टाइम जिहड़ी कंडीशन है वह तो बड़ी बुरी बनी है इस टाइम तो मरिया ना उत्थे बैठे एवं साफा जिहा बन्नया हुंदा चिट्टी दाढ़ी एवं कही जाणगे ओए वो तो चला गया हूँ अपनी सोचो असी भी जाना वा लै फिटे मूँह वह तो पहले कर लिया कई यह बहुत सियाने होंगे नहीं कई फरीदर के सियाने भी होंगे मई तो बेचारी मर गई घर के रोन डे होने एवं नजायज भीड़ भूड़ते होंगे नहीं और रोटी जा की करना होना वो मर गया तू बॉलर सिंह तो अंपायर ओवर कराने तो पहले अपना तवीत ला के फड़ा डरी जाए बड़ा बड़ा रैसलर से जॉन सीना बनने का बड़ा शौक से दादा मारे उत्ते कर ਇਹ ਵੀ ਬਹੁਤ ਵੱਡਾ ਬੌਕਸਰ ਸੀ ਭਾਈ ਮੈਂ ਤੇ ਉਹਨੂੰ ਕੀਤੀ ਆ ਚਲੋ ਚਲੋ ਮੈਂ ਤੈਨੂੰ ਕਰਨੀ ਆ ਤੂੰ ਉਹਨੂੰ ਕੀਤੀ ਆ ਥੈਂਕ ਯੂ ਯਾਰ ਆ ਫੁੱਲ ਵੱਡੀਆਂ ਪਿਆਲੀਆਂ ਲਾਏ ਤੁਸੀਂ ਅਸੀਂ ਉਦੋਂ ਦਾ ਚੁੱਪ ਬੈਠੇ ਬੌਕਸਰ ਨਹੀਂ ਮੈਂ ਆ ਗਿਆ ਵੀ ਆ ਗਿਆ ਸੀਰੀਅਸ ਗੱਲਾਂ ਕਰਨ ਦੇ ਉਹ ਜੁਗਤਾਂ ਕਰਨ ਵਾਲੇ ਆ ਗਏ ਜੀ ਥੈਂਕ ਯੂ ਇਹ ਰਿਮੂਵ ਕਰ ਦਿਆ ਨਾਲ ਰਹਿਣਾ ਤੁਸੀਂ ਕਦੀ ਇੱਥੇ ਆਓ ਇੱਥੇ ਮੇਨ ਸਟਰੀਟ ਕੈਫੇ 'ਚ ਤੇ ਸੁਭਾਣ ਵਾਲਾ ਇਹ ਤੁਸੀਂ ਲਾਜ਼ਮੀ ਸਾਰੇ ਟੇਸਟ ਕਰਨੇ ਨੇ ਸਰਦੀਆਂ ਚੱਲ ਸਹੀ ਦੱਸ ਜਦੋਂ ਪੈਸੇ ਹੋਏ ਉਦੋਂ ਖਾਣੀ ਚਾਹੀਦੀ ਯਾਰ ਤੇਰੇ ਹਿਸਾਬ ਨਾਲ ਆਈਸਕ੍ਰੀਮ ਠੰਡੀ ਹੁੰਦੀ ਨਾ ਤੇ ਗਰਮੀਆਂ ਚ ਖਾਣੀ ਚਾਹੀਦੀ ਕਿ ਸਰਦੀਆਂ ਚ ਗਰਮੀਆਂ ਚ ਖਾਣੀ ਚਾਹੀਦੀ ਨਾ ਲੇਕਿਨ ਆਈਸਕ੍ਰੀਮ ਵਿਕਦੀ ਸਰਦੀਆਂ ਦੇ ਵਿੱਚ ਪਰ ਤੁਸੀਂ ਜਾਹਲ ਲੋਕ ਪਿੰਡੇ ਚੋਂ ਬਾਹਰ ਆ ਜਾਓ ਹਾਂਜੀ ਭਾਈ ਇਹ ਬਾਕੀ ਜਾਹਲ ਸਧਾਰ ਇਹ ਬਾਕੀ ਜਾਹਲ ਤੁਮੋ ਕੀ ਤੁਹਾਡੇ ਪਿੰਡਾਂ ਦੇ ਨਾਮ ਹੀ ਮਰੇ ਔਜ਼ਾਰਾਂ ਅਰਗੇ ਨਾਂ ਤੁਹਾਡੇ ਪਿੰਡ ਇਹਨਾਂ ਨੂੰ ਕੀ ਪਤਾ ਸੂਬਾ ਦਾ ਸਾਰੀ ਉਮਰ ਸਲਾਨੀ ਵਾਲਿਆਂ ਤੇ ਕੱਢਤੀ ਇਹਨਾਂ ਨੇ ਇਹਨਾਂ ਨੂੰ ਕੀ ਪਤਾ ਇਹ ਦੋਵੇਂ ਬਾਕਸਰ ਬਣ ਗਏ ਉਹਨਾਂ ਨੇ ਮਾਰੇ ਜੇ ਮੁੱਕੇ ਮਾਰੇ ਬਾਕਸਰ ਨੇ ਤੇ ਬਾਹਰ ਨੂੰ ਹੱਥ ਹੱਥ ਕਰਕੇ ਕਹੀ ਜਾਣ ਹੈਲਪ ਮੀ ਯੂ ਹੈਲਪ ਮੀ ਇਹ ਵੀ ਬਾਕਸਰ ਸੀਗਾ ਇੱਕ ਭਲਵਾਨ ਉਧਰੋਂ ਨਿਕਲਿਆ ਬੜਾ ਤਕੜਾ ਤੇ ਫਖਰ ਨਾਲ ਉਹਨੂੰ ਕਹਿੰਦੇ ਜਾ ਕਿਸੇ ਬੱਚੇ ਨੂੰ ਭੇਜ ਇਹ ਭਾਵੇਂ ਐਡੀ ਵੱਡੀ ਫਿਲਮ ਆ ਇਹ ਐਡੀ ਵੱਡੀ ਫਿਲਮ ਆ 3-4 ਡਾਕੂ ਜਾਣ ਦੇ ਮੈਨੂੰ ਕਹਿੰਦਾ ਆਇਆ ਇੰਨਾ ਕੋ ਬੋਤਲ ਪੀਨੇ ਆ ਡਾਕੂਆਂ ਨੂੰ ਵੇਖ ਲੈ ਵੀ ਬੇਤਰਤੀਬਾ ਕਾਮੇਡੀਅਨ ਮੈਂ ਕਦੀ ਵੇਖਿਆ काफी लोग फैसलाबाद ज्यादातर मोस्टली आए होने जेडे नहीं आए ना एक बारी आन इत्थे विजिट करन अच्छा यार ये इनकी स्पेशल डिश है ये स्पेशल मीठे में की मीठे में डेजर्ट स्पून हां ये ਸਾਡੇ ਵਾਲੇ ਤੇ ਪਹਾੜੀ ਕੇਕ ਕਹਿੰਦੇ ਨੇ ਮਤਲਬ ਕਿ ਸਹਰਾ ਵਾਲੇ ਚਮਚੇ ਤੁਹਾਡੇ ਵਾਲੇ ਕੀ ਕਹਿੰਦੇ ਪਹਾੜੀ ਕੇਕ ਯਾਰ ਸੁਭਾਨ ਅੱਲਾ ਕਸਮ ਸੇ ਅਸੀਂ ਕਿਸ ਤਰ੍ਹਾਂ ਮੰਨ ਜਾਈਏ ਤੁਹਾਨੂੰ ਦੋਗੇ ਤੇ ਤੂੰ ਮੇਰੇ ਤੇ ਯਕੀਨ ਕਰਨਾ ਤੈਨੂੰ ਮੈਂ ਕਹਿ ਰਿਹਾ ਤੁਹਾਡੇ ਤੇ ਯਕੀਨ ਆ ਡੇਜ਼ਰਟ ਸਪੂਨ ਤੇ ਯਕੀਨ ਹੀ ਨਾ ਮੈਨੂੰ ਘਰ ਮਕੈਨਿਕ ਲੈ ਗਿਆ ਕਹਿੰਦਾ ਮੇਰੇ ਘਰ ਦੇ ਹਾਲਾਤ ਠੀਕ ਮੈਂ ਨਾਦਰ ਤੇ ਇੱਕ ਚੀਜ਼ ਦਾ ਹੋਣਾ ਤੁਸੀਂ ਬੜੇ ਰੈਸਟੋਰੈਂਟ ਦੇਖੇ ਹੋਣਗੇ ਕੈਫੇ ਦੇਖੇ ਹੋਣਗੇ ਲੇਕਿਨ ਨਾ ਜਿਹੜੀ ਸਿਟਿੰਗ ਦਾ ਇੱਕ ਸਟਾਈਲ ਜਾਂ ਡਿਜ਼ਾਈਨ ਇਹਨਾਂ ਨੇ ਕ੍ਰੀਏਟ ਕੀਤਾ ਨਾ ਉਹ ਬੜਾ ਆਰਟਿਸਟਿਕ ਜਿਹਾ ਮੈਂ ਤੁਹਾਨੂੰ ਨਾ ਮਤਲਬ ਦਿਖਾਉਣਾ ਵਿੱਚ ਇਹ ਤੋਂ ਸ਼ਾਰਟ ਤੁਸੀਂ ਇਹ ਦੇਖੋ ਆਰਟਿਸਟਿਕ ਜਿਹਾ ਟੇਬਲ ਸੈਟਿੰਗ ਲਾਈਟਸ ਕਲਰ ਸਾਰੇ ਬੜੇ ਯਾਨੀ ਨਾ ਬੈਠ ਕੇ ਨਾ ਤੁਹਾਨੂੰ ਇੰਝ ਲੱਗੇਗਾ ਯਾਰ ਕਿਤੇ ਪਾਕਿਸਤਾਨ ਤੋਂ ਬਾਹਰ ਬੈਠੇ ਹੈ ਅਗਰ ਕਿਤੇ ਦਰਮਿਆਨ ਜਿੱਥੇ ਸਵੀਮਿੰਗ ਪੂਲ ਹੁੰਦਾ ਨਾ ਸਾਜੀ ਹੋਏ 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 ਤੇ ਕੋਈ ਖਾਨ ਸਾਹਿਬ ਨਾ ਹੁੰਦਾ
ਨਹੀਂ ਨਿੱਘਾ ਪਾਣੀ ਵੀ ਪੈ ਉਹ 'ਚ ਨਿੱਘਾ ਪਾਣੀ ਵੀ ਪਾਇਆ ਜਿੰਨਾ ਮਰਜ਼ੀ ਨਿੱਘਾ ਹੋਵੇ ਭਾਵੇਂ ਪਾਣੀ ਤਾਂ ਪਾਣੀ ਹੁੰਦਾ ਅੱਛਾ ਕਈ ਕਈਆਂ ਦੇ ਗਾਹਕਾਂ ਦਾ ਹੁੰਦਾ ਸਟਾਈਲ ਕਿ ਇੱਦਾਂ ਦੇ ਹੋਟਲ 'ਤੇ ਵੀ ਆ ਕੇ ਨਾ ਅਤੇ ਪੁੱਛਣਾ ਕੀ ਹੈ ਤੁਸੀਂ ਮੈਨੂੰ ਕਿ ਮੈਨਿਊ ਦੇ ਦਿਓ ਅੱਗੋਂ ਮੈਨਿਊ ਰੱਖ ਕੇ ਅਤੇ ਕਈਆਂ ਨੂੰ ਮੈਨਿਊ 'ਤੇ ਸਮਝ ਨਹੀਂ ਆ ਰਹੀ ਹੁੰਦੀ ਇੱਦਾਂ ਦੇ ਹੁੰਦੇ ਨੇ ਕਸਟਮਰ ਕਿ ਮੈਨਿਊ 'ਤੇ ਸਮਝ ਨਹੀਂ ਆ ਰਹੀ ਡਿਸ਼ਾਂ ਦੇ ਨਾਂ ਹੀ ਇੱਦਾਂ ਦੇ ਲਿਖੇ ਨੇ ਸੁਣੇ ਹੀ ਨਹੀਂ ਕਦੀ ਅਤੇ ਉਹਨੂੰ ਪੁੱਛੀ ਜਾਣਗੇ ਉਹ ਯਾਰ ਕੋ ਸਬਜ਼ੀ ਟਾਈਪ ਚੀਜ਼ ਲਿਆ ਦੇ ਬਸ ਸਾਰਾ ਮੈਨਿਊ ਫਾਲ ਕਰ ਲੈਣਾ ਆ ਬਾਸ ਵੀ ਵੇਟਰ ਹੁੰਦਾ ਸੀ ਤੇ ਬਦਤਮੀਜ਼ ਜਿਹਾ ਹੀ ਹੁੰਦਾ ਸੀ ਉਹਨੇ ਕਿਹਾ ਮੈਨਿਊ ਲਿਆ ਕਹਿੰਦਾ ਮੈਨਿਊ ਲਿਆਉਣਾ ਇਹ ਵੀ ਹੋਟਲ 'ਚ ਗਿਆ ਉਹਨਾਂ ਨੇ ਮੈਨਿਊ ਦਿੱਤਾ ਅਤੇ ਉਹਨਾਂ ਨੂੰ ਕਹਿੰਦਾ ਮੈਂ ਘਰ ਵਹਾਂ ਵਾ ਕਲਰ ਕਿ ਇਹ ਕਲਰ ਹੈ ਡਿਜ਼ਾਈਨ ਇਹ ਸਾਰਾ ਇਹ ਉਹਨਾਂ ਦਾ ਜਾਂ ਤੁਹਾਡਾ ਜਾਂ ਕਿਸੇ ਬੰਦੇ ਕੋਲੋਂ ਕਰਵਾਇਆ ਨਹੀਂ ਇਹ ਸਾਰੀ ਸਾਡੀ ਟੀਮ ਨੇ ਮਿਲ ਕੇ ਸਾਰਿਆਂ ਨੇ ਜੋ ਜੋ ਚੀਜ਼ਾਂ ਮਤਲਬ ਡਿਸਾਈਡ ਕੀਤੀਆਂ ਫਿਰ ਉਸ ਦੇ ਮੁਤਾਬਕ ਫਿਰ ਕੁਛ ਦਫ਼ਾ ਇਹਨੂੰ ਕਾਫੀ ਦਫ਼ਾ ਚੇਂਜਿੰਗਸ ਵੀ ਕੀਤੀਆਂ ਨੇ ਇਹਨੂੰ ਤੁਸੀਂ ਇਹ ਕਿਉਂ ਨਹੀਂ ਸੋਚਿਆ ਕਿ ਯਾਰ ਅਸੀਂ ਬਾਕੀ ਵਾਂਗੂ ਇੱਥੇ ਕੁਰਸੀਆਂ ਸੁਰਸੀਆਂ ਰੱਖਦੇ ਹਾਂ ਅਤੇ ਜਿੱਦਾਂ ਬਾਕੀ ਕਰਦੇ ਉੱਦਾਂ ਕਰ ਲੈਂਦੇ ਮਤਲਬ ਇੰਨਾ ਡਿਫਰੈਂਟ ਕਿਉਂ ਇੱਧਰ ਇਹ ਦਿਖਾ ਜ਼ਰਾ ਸਾਹਮਣਾ ਇੱਧਰ ਆ ਇੱਧਰ ਨਾਦਰੀ ਨੀਚੇ ਦੇਖੇ ਜ਼ਰਾ ਇਹ ਉੱਪਰ ਅੰਬਰੇਲਾ ਨੀਚੇ ਸਾਰਾ ਸਿਸਟਮ ਬਿਲਕੁਲ ਐਸੇ ਸ਼ੂਟ ਜਿਸ ਤਰ੍ਹਾਂ ਸਾਡੇ ਚੈਨਲਸ ਦੇ ਉੱਪਰ ਸੈੱਟ ਲੱਗਦੇ ਨੇ ਨਾ ਇਹ ਉਸ ਤਰ੍ਹਾਂ ਦਾ ਸਾਰਾ ਸਿਸਟਮ ਆ ਅਸਲ ਸਾਡਾ ਜਿਹੜਾ ਮੈਨਿਊ ਹੈ ਨਾ ਅਸੀਂ ਉਸ ਮੈਨਿਊ ਨੂੰ ਦੇਖਦੇ ਹਾਂ ਥੀਮ ਆਪਣਾ ਇੱਕ ਦਿੱਤਾ ਕਿ ਜਿਸ ਤਰ੍ਹਾਂ ਦਾ ਸਾਡਾ ਮੈਨਿਊ ਉਸ ਤਰ੍ਹਾਂ ਦਾ ਸਾਡਾ ਕਸਟਮਰ ਵੀ ਆਏਗਾ ਅਸੀਂ ਉਹਦੀ ਨੀਡ ਨੂੰ ਦੇਖਦੇ ਹੋਇਆ ਸਾਰਾ ਕੁਛ ਕੀਤਾ ਬਹਰਹਾਲ ਬਹੁਤ ਅੱਛਾ ਅਤੇ ਬਹੁਤ ਬਹੁਤ ਮੁਬਾਰਕ ਤੁਹਾਨੂੰ ਅਤੇ ਚੱਲ ਕੰਮ ਠੀਕ ਚੱਲ ਰਿਹਾ ਬਹੁਤ ਅੱਛਾ ਮਾਸ਼ਾਅੱਲਾ ਬਹੁਤ ਅੱਛਾ ਗੁੱਡ ਇਹ ਬਾਕੀ ਵੀ ਜ਼ਰਾ ਦੇਖੋ ਸਾਰਾ ਅੱਛਾ ਉਹ ਬੱਚਿਆਂ ਵਾਸਤੇ ਲੱਗੇ ਨੇ ਅੱਗੇ ਆ ਵੀ ਜ਼ਰਾ ਅੱਛਾ ਜੀ ਨਾਦਰੀ ਨਾ ਦੇਖੋ ਇਹ ਬੱਚਿਆਂ ਵਾਸਤੇ ਝੂਟੇ ਛੂਟੇ ਜੇ ਵੋ ਸਾਰਾ ਅੱਛਾ ਭਾਅ ਜੀ ਨੇ ਇਹ ਦੱਸੋ ਨਾ ਮੈਨੂੰ ਇਹ ਦੱਸੋ ਕਿ ਇਹ ਸਾਡਾ ਕਿਸਮ ਅਕਸਰ ਪ੍ਰੋਗਰਾਮ ਬਣ ਜਾਂਦਾ ਹੈ ਜੀ ਜੀ ਤੇ ਅਸੀਂ ਆ ਸਕਦੇ ਹਾਂ ਜੀ ਜੀ ਮੋਸਟ ਵੈਲਕਮ ਅੱਜ ਵੀ ਤੁਸੀਂ ਕਲੋਜ਼ ਟਾਈਮ ਕਰਾਂਗੇ ਜਦੋਂ ਜ਼ਰਾ ਤੁਹਾਡਾ ਥੋੜਾ ਜਿਹਾ ਇੱਕ ਹਾਂ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਅੱਜ ਆਏ ਹੋ ਹਾਂ ਬਿਲਕੁਲ ਤਾਂ ਕਿ ਕੋਈ ਡਿਸਟਰਬ ਨਹੀਂ ਕੋਈ ਮਸਲਾ ਨਹੀਂ ਮੋਸਟ ਵੈਲਕਮ ਜਦੋਂ ਮਰਜ਼ੀ ਤੁਸੀਂ ਵੈਰੀ ਮਚ ਤੁਸੀਂ ਇਸ ਸ਼ਹਿਰ ਦੇ ਵੀ ਹੋ ਤੇ ਤੁਹਾਡਾ ਆਪਣਾ ਜਨਾਬ ਸਰ ਬਹੁਤ ਸ਼ੁਕਰੀਆ ਥੈਂਕ ਯੂ ਸਰ ਜੀ ਇਹ ਭਾਣ ਬਹੁਤ ਸਪੀਡ ਨਾਲ ਆ ਰਿਹਾ ਕੀ ਗੱਲ ਉਰੇ ਆਓ ਉਧਰ ਤੁਸੀਂ ਸ਼ੈਫ ਹੋ ਹਾਂਜੀ ਅਲਹਮਦੁਲਿਲਾ ਕੁਕਿੰਗ ਤੁਸੀਂ ਕਰਦੇ ਹੋ ਸਰ ਬਹੁਤ ਸ਼ੁਕਰੀਆ ਥੈਂਕ ਯੂ ਇਨਸ਼ਾਅੱਲਾ ਨੈਕਸਟ ਮੁਲਾਕਾਤ ਹੋਗੀ ਬਹੁਤ ਸ਼ੁਕਰੀਆ ਜੀ